ਗੁੱਡ ਮਾਰਨਿੰਗ ਅੱਜ ਅਸੀਂ ਗੱਲ ਕਰ ਰਹੇ ਹਾਂ ਇੰਡੀਅਨ ਮੈਨਸ ਹਾਕੀ ਟੀਮ ਦੀ ਪਰਫਾਰਮੈਂਸ ਟੋਕੀਓ 올림픽s ਆਂ ਇੰਡੀਆ ਦਾ ਮੈਚ ਸੀਗਾ ਸਪੇਨ ਦੇ ਨਾਲ ਔਰ ਇੰਡੀਆ ਨੇ ਬਹੁਤ ਅੱਛੀ ਪਰਫਾਰਮੈਂਸ ਰਹੀ 3-0 ਤੋਂ ਮੈਚ ਜਿੱਤੇ ਆਂ ਔਰ ਇਹ ਪਰਫਾਰਮੈਂਸ ਜਿਆਦਾ ਇੰਪੋਰਟੈਂਟ ਇਸ ਲਈ ਹੋ ਜਾਂਦੀ ਹੈ ਕਿਉਂਕਿ ਇਸ ਤੋਂ ਪਹਿਲੇ ਜਿਹੜਾ ਇੰਡੀਆ ਦਾ ਮੈਚ ਸੀਗਾ ਆਸਟ੍ਰੇਲੀਆ ਦੇ ਨਾਲ ਉਹ ਆਲਮੋਸਟ ਵਨ ਸਾਈਡਿਡ ਸੀਗਾ 1-7 ਤੋਂ ਇੰਡੀਆ ਹਾਰਿਆ ਸੀ ਤਾਂ ਇੰਨੇ ਵੱਡੇ ਸਕੋਰ ਲਾਈਨ ਤੋਂ ਹਾਰਨ ਦੇ ਬਾਅਦ ਪੂਰੀ ਟੀਮ ਨੂੰ ਰੀਗਰੂਪ ਕਰਨਾ ਔਰ ਇੱਕ ਅੱਛੀ ਪਰਫਾਰਮੈਂਸ ਦੇਣੀ ਇਹ ਬਹੁਤ ਹੀ ਇੱਕ ਮੋਟੀਵੇਸ਼ਨਲ ਚੀਜ਼ ਹੈ ਇਹਦੇ ਵਿੱਚ ਕੈਪਟਨ ਮਨਪ੍ਰੀਤ ਦਾ ਇੱਕ ਬਹੁਤ ਅਹਿਮ ਰੋਲ ਹੈ ਔਰ ਅੱਜ ਆਲਮੋਸਟ ਸਾਰੇ ਡਿਪਾਰਟਮੈਂਟਸ ਨੇ ਬੜਾ ਅੱਛਾ ਰੋਲ ਪਲੇ ਕੀਤਾ ਔਰ ਅਸੀਂ ਅਗਰ ਫਾਰਵਰਡ ਲਾਈਨ ਦੀ ਗੱਲ ਕਰੀਏ ਤਾਂ ਇੰਡੀਆ ਨੇ ਪਹਿਲਾ ਗੋਲ ਸਿਮਰਤਜੀਤ ਨੇ ਫੀਲਡ ਗੋਲ ਕੀਤਾ ਉਹਦੇ ਬਾਅਦ ਰੁਪਿੰਦਰਪਾਲ ਸਿੰਘ ਨੇ ਪੈਨਲਟੀ ਕਾਰਨਰ ਕਨਵਰਟ ਕੀਤਾ ਔਰ ਇੱਕ ਪੈਨਲਟੀ ਸਟ੍ਰੋਕ ਵੀ ਰਹੀ ਬਲਕਿ ਜਿਹੜਾ ਸੈਕੰਡ ਗੋਲ ਸੀਗਾ ਉਹ ਪੈਨਲਟੀ ਸਟ੍ਰੋਕ ਨਾਲ ਹੋਇਆ ਤਾਂ ਇੱਕ ਇੱਕ ਵੇਰੀਏਸ਼ਨ ਰਹੀ ਕਿ ਇੰਡੀਆ ਨੇ ਫੀਲਡ ਗੋਲ ਵੀ ਕੀਤਾ ਪੈਨਲਟੀ ਕਾਰਨਰ ਨਾਲ ਵੀ ਗੋਲ ਕੀਤਾ ਇੱਕ ਇਹਦੇ ਨਾਲ ਜਿਹੜਾ ਇੱਕ ਟੀਮ ਦਾ ਵੀ ਫਾਰਵਰਡ ਲਾਈਨ ਦਾ ਵੀ ਇੱਕ ਮਨੋਵਲ ਵੱਧਦਾ ਹੈ ਔਰ ਜਿਹੜੀ ਆਪੋਜੀਸ਼ਨ ਹੈ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇੱਕ ਚੀਜ਼ ਇਹ ਦਿਮਾਗ 'ਚ ਰਹਿੰਦੀ ਹੈ ਕਿ ਇਹਨਾਂ ਕੋਲ ਬਹੁਤ ਜ਼ਿਆਦਾ ਵੇਰੀਏਸ਼ਨਸ ਹੈ ਔਰ ਇਹ ਕਿਤੇ ਨਾ ਕਿਤੇ ਕੋਈ ਵੀ ਵੇਰੀਏਸ਼ਨ ਨੂੰ ਯੂਜ਼ ਕਰ ਸਕਦੇ ਆ ਔਰ ਅਗਰ ਅਸੀਂ ਓਵਰਆਲ ਟੀਮ ਦੀ ਸਾਰੇ ਡਿਪਾਰਟਮੈਂਟਸ ਦੀ ਗੱਲ ਕਰੀਏ ਤਾਂ ਜਿਹੜੀ ਸਭ ਤੋਂ ਕਾਬਲੇ ਤਾਰੀਫ ਹੈ ਉਹ ਡਿਫੈਂਸ ਲਾਈਨ ਰਹੀ ਡਿਫੈਂਸ ਨੇ ਬਹੁਤ ਅੱਛਾ ਅਜ ਇੱਕ ਰੋਲ ਪਲੇ ਕੀਤਾ ਕਿਉਂਕਿ ਸਪੈਨ ਨੂੰ सत्त पेनल्टी कॉर्नर मिले और उन्होंने सारे ही पेनल्टी कोरनरसू बहुत अच्छे तरीके डिफेंड किया सृजेश का बड़ा अच्छा रोल रहा अमित रोहिदास सुमित और सुरेंद्र डिफेंस लाइन ऑलमोस्ट हर जने का अच्छा कॉन्ट्रीब्यूशन रहा और ओवरऑल जी बॉल कंट्रोल है वो स्पेन देल ज़्यादा बॉल पोजेन उन्होंने को फिफ्टी टू परसेंट से इंडिया को फोर्टी एट परसेंट से उन्हों की पेनिट्रेन भी ज़्यादा सी सर्कल्च ਤਾਂ ਉਹ ਸਾਰੇ باوجود ਜਿਹੜੀ ਹੈ ਡਿਫੈਂਸ ਲਾਈਨ ਬਹੁਤ ਹੀ ਸਟਰੋਂਗ ਰਹੀ ਔਰ ਮਿਡਫੀਲਡ ਜਿਹੜਾ ਕੈਪਟਨ ਇੰਡੀਅਨ ਟੀਮ ਦੇ ਮਨਪ੍ਰੀਤ ਉਹ ਮਿਡਫੀਲਡ ਸੈਕਸ਼ਨ ਨੂੰ ਲੀਡ ਕਰਦੇ ਆ ਔਰ ਉਹਨਾਂ ਦਾ ਵੀ ਇੱਕ ਸਪੋਰਟ ਰਿਆ ਕਿਉਂਕਿ ਇੱਕ ਸ਼ੁਰੂ ਤੋਂ ਹੀ ਰੈਜ਼ਿਸਟੈਂਸ ਮਿਲਨੀ ਸ਼ੁਰੂ ਹੋ ਜਾਂਦੀ ਹੈ ਫਾਰਵਰਡ ਲਾਈਨ ਨੂੰ ਤਾਂ ਡਿਫੈਂਸ ਨੂੰ ਇੱਕ ਮਿਡਫੀਲਡ ਦਾ ਵੀ ਸਪੋਰਟ ਰਹਿੰਦਾ ਹੈ ਕੁਸ਼ਨ ਰਹਿੰਦਾ ਹੈ ਤਾਂ ਇੱਕ ਓਵਰਲ ਜਿਹੜੀ ਰੀਗਰੂਪਿੰਗ ਹੋਈ ਹੈ ਟੀਮ ਦੀ ਉਹ ਬਹੁਤ ਹੀ ਇੰਪੋਰਟੈਂਟ ਸੀਗੀ ਕਿਉਂਕਿ ਲੀਗ ਸਟੇਜ ਮੈਚ ਹੈ ਤਿੰਨ ਮੈਚਾਂ ਚ ਇੰਡੀਆ ਦੋ ਮੈਚ ਜਿੱਤੇ ਹੈ ਇੱਕ ਹਾਰਿਆ ਆਸਟ੍ਰੇਲੀਆ ਦੇ ਨਾਲ ਔਰ ਪੂਲ ਪੂਲ ਸੈਕਿੰਡ ਨੰਬਰ ਤੇ ਹੈਗਾ ਔਰ ਜਿਹੜਾ ਨੈਕਸਟ ਮੈਚ ਹੈ ਉਹ ਅਰਜנטיਨਾ ਦੇ ਨਾਲ ਹੈ ਅਰਜנטיਨਾ ਰਿਓ 올림픽ਸ ਦਾ 골ਡ ਮੈਡਲਿਸਟ ਹੈ ਤਾਂ ਇੰਡੀਆ ਨੂੰ ਕੋਸ਼ਿਸ਼ ਕਰਨੀ ਪੈਗੀ ਕਿ ਅਗਰ ਇਹ ਟੌਪ 2 ਟੌਪ 3 ਚ ਅਗਰ ਆਪਣੇ ਪੂਲ ਚ ਫਿਨਿਸ਼ ਕਰਦਾ ਹੈ ਤਾਂ ਉਹਦਾ ਜਿਹੜਾ ਕੁਆਟਰਫਾਈਨਲ ਨੌਕਆਊਟ ਸਟੇਜ ਹੈ ਉਹਨੂੰ ਥੋੜੀ ਜੀ ਬਲਕਿ ਥੋੜੀ ਹਲਕੀ ਟੀਮ ਦੇ ਨਾਲ ਚਾਂਸ ਮਿਲੇਗਾ ਇੱਕ ਸਟਰੌਂਗ অপোনেন্ট ਨਹੀਂ ਆਏਗਾ ਤਾਂ ਉਹ ਇੱਕ ਬੈਨੀਫਿਟ ਰਹੇਗਾ। ਔਰ ਹਾਕੀ ਦੇ ਬਾਅਦ ਅਗਰ ਅਸੀਂ ਗੱਲ ਕਰੀਏ ਅੱਜ ਸ਼ੂਟਿੰਗ ਦਾ ਟੀਮ ਇਵੈਂਟ ਸੀਗਾ 에ਅਰ ਪਿਸਟਲ ਦਾ ਸੌਰਵ ਚੌਧਰੀ ਔਰ ਮੰਨੂ ਭਾਕਰ ਉਹਦੇ ਵਿੱਚ ਬਹੁਤ ਜ਼ਿਆਦਾ ਇੱਕ ਉਮੀਦ ਸੀਗੀ ਮੈਡਲ ਦੀ ਔਰ ਟੀਮ ਨੇ ਕੁਆਲੀਫਿਕੇਸ਼ਨ ਸਟੇਜ ਰਾਉਂਡ 1 ਨੰਬਰ 1 ਤੇ ਰਹੀ ਬਟ ਜਦੋਂ ਸੈਕਿੰਡ ਕੁਆਲੀਫਿਕੇਸ਼ਨ ਸਟੇਜ ਆਈ ਉਹਦੇ ਵਿੱਚ 8 ਸ਼ੂਟਰ ਸੀਗੇ 8 ਚੋਂ 4 ਨੇ ਕੁਆਲੀਫਾਈ ਕਰਨਾ ਸੀਗਾ ਫਾਈਨਲ ਵਾਸਤੇ ਤਾਂ ਇੰਡੀਆ 7th ਰਹੀ ਉਹ ਇੱਕ ਡਿਸਪਾਇੰਟਮੈਂਟ ਹੈ ਔਰ ਸੌਰਵ ਚੌਧਰੀ ਨੇ ਬਹੁਤ ਅੱਛਾ ਪਰਫਾਰਮੈਂਸ ਰਹੀ ਅਗਰ ਇੰਡੀਵਿਜੂਅਲ ਸਕੋਰ ਨੂੰ ਕਾਊਂਟ ਕਰੀਏ ਟੀਮ ਇਵੈਂਟ ਦੇ ਵਿੱਚ ਵੀ ਤਾਂ ਸੌਰਵ ਚੌਧਰੀ ਦਾ ਫਰਸਟ ਰਾਉਂਡ ਕੁਆਲੀਫਾਈਂਗ ਰਾਉਂਡ ਚ ਨੰਬਰ 1 ਤੇ ਰਿਹਾ ਐਂਡ ਸੈਕੰਡ ਕੁਆਲੀਫਾਈਂਗ ਰਾਉਂਡ ਚ ਉਹ ਨੰਬਰ 3 ਤੇ ਰਿਹਾ ਤਾਂ ਓਵਰਆਲ ਇੱਕ ਸੌਰਵ ਚੌਧਰੀ ਦੀ ਅੱਛੀ ਪਰਫਾਰਮੈਂਸ ਰਹੀ ਔਰ ਉਮੀਦ ਕਰਦੇ ਹਾਂ ਕਿ ਹੁਣ ਪੈਰਿਸ ਚ ਹੋਰ ਬੈਟਰ ਔਰ ਐਕਸਪੀਰੀਅੰਸ ਹੋ ਕੇ ਉਹਨਾਂ ਦੀ ਪਰਫਾਰਮੈਂਸ ਰਹੇ